ਆਪਣਾ ਇਹਦਾ ਨਾਂ ਨਹੀਂ ਪਤਾ ਕੀ ਆ, ਇਹਨੂੰ ਅਸੀਂ ਕਹਿੰਦੇ ਹਾਂ ਐਸਕੋਟ, ਇਹਨੂੰ ਬੰਨਣਾ ਕਿਵੇਂ ਆ, ਇਹ ਕਿੱਥੋਂ ਬਾਏ ਕਰਾਂਗੇ ਅਸੀਂ, ਇਹ ਕਿਹੜੀ ਕੁਆਲਿਟੀ ਦਾ, ਇਹਦਾ ਡਿਜ਼ਾਈਨ, ਬਹੁਤ ਸਟੈਪਸ ਈਜ਼ੀ ਨੇ ਇਹਨੂੰ ਬੰਨਣ ਦੇ। ਸੋ ਆਓ ਅੱਜ ਦੀ ਆਪਾਂ ਵੀਡੀਓ ਵਿੱਚ ਇਹਦੇ ਬਾਰੇ ਗੱਲ ਕਰਦੇ ਹਾਂ। ਸੋ ਇਹ ਹੈ ਮੇਰੀ ਅੱਜ ਦੀ ਕੰਪਲੀਟ ਲੁੱਕ, ਡਬਲ ਬ੍ਰੈਸਟਡ ਪਿੰਨ ਸਟ੍ਰਾਈਪ ਸੂਟ ਦੇ ਨਾਲ, ਲੈਮਨ ਯੈਲੋ ਟਰਬਨ ਐਂਡ ਦਿਸ ਬਿਊਟੀਫੁਲ ਐਸਕੋਟ ਦੇ ਨਾਲ, ਬਿਊਟੀਫੁਲ ਪੋਕਟ ਸਕੁਆਇਰ ਐਂਡ ਦਿਸ ਬਲੂ ਵਾਚ। ਲੈਟਸ ਬਿਗਿਨ ਟੂਡੇਜ਼ ਵੀਡੀਓ। ਐਸਕੋਟ ਨੂੰ ਬੰਨਣਾ ਬਹੁਤ ਈਜ਼ੀ ਆ, ਸਿਮਿਲਰ ਟੂ ਨੈਕਟਾ, ਇਹਦੇ ਵਾਂਗ ਹੀ ਅਸੀਂ ਬੰਨਾਂਗੇ। ਬਸ ਦੋ ਸਟੈਪਸ ਨੂੰ ਅਸੀਂ ਕਰਾਂਗੇ ਐਡ ਔਨ। ਨਾਓ ਸਟੈਪ ਵਨ ਇਜ਼ ਵੈਰੀ ਈਜ਼ੀ, ਕਰੋਸ। ਕਰੋਸ ਕੀਤਾ, ਹੁਣ ਇਸ ਐਂਡ ਨੂੰ ਅਸੀਂ ਘੁਮਾਉਣਾ 360 degree ਲਾਈਕ ਦਿਸ। ਅਸੀਂ ਇਸ ਐਂਡ ਨੂੰ ਹੁਣ ਅੱਗੇ ਲੈ ਕੇ ਆਉਣਾ। ਆ ਜੀ ਅਸੀਂ ਇਹਨੂੰ ਅੱਗੇ ਲਏ, ਇੰਨਾ ਤਾਂ ਬਹੁਤ ਈਜ਼ੀ ਸੀਗਾ, ਹੈ ਨਾ, ਕੁਛ ਔਖਾ ਨਹੀਂ ਸੀ ਇਹਦੇ ਵਿੱਚ, ਬਿਲਕੁਲ ਈਜ਼ੀ। ਆਪਣੀ ਇੱਥੇ ਨੋਟ ਬਣ ਗਈ ਇੱਕ, ਦੇਖੋ ਇਸ ਤਰ੍ਹਾਂ ਨਾਲ ਇੱਕ ਆਪਣੀ ਨੋਟ ਬਣ ਚੁੱਕੀ ਆ। ਹੁਣ ਆਪਾਂ ਇਹਨੂੰ ਟਾਈ ਦੀ ਸ਼ੇਪ ਦੇਵਾਂਗੇ, ਥੋੜ੍ਹਾ ਜਿਹਾ ਅਸੀਂ ਇਸ ਐਂਡ ਨੂੰ ਅਗੇਨ ਲੂਜ਼ ਕਰ ਲਾਂਗੇ, ਲੂਜ਼ ਕਰਕੇ ਅਸੀਂ ਇਹਦੇ ਵਿੱਚ ਇਨਸਰਟ ਕਰ ਦਾਂਗੇ ਇਸ ਤਰ੍ਹਾਂ। ਤੁਹਾਨੂੰ ਲੱਗਣਾ ਕਿ ਆਪਣੀ ਇੱਕ ਟਾਈ ਦੀ ਸ਼ੇਪ ਬਣ ਗਈ ਆ। ਤੁਸੀਂ ਇਹਨੂੰ ਆਪਣੀ ਨੈਕ ਅਕੋਰਡਿੰਗਲੀ ਐਡਜਸਟ ਕਰ ਲਓ, ਟਾਈਟ ਕਰ ਲਓ ਇਹਨੂੰ ਜਾਂ ਲੂਜ਼ ਕਰ ਲਓ ਇਹਨੂੰ, ਇਹਦੇ ਐਂਡਸ ਨੂੰ ਪ੍ਰੋਪਰਲੀ ਸਪਰੈਡ ਕਰ ਲਓ। ਦੋ ਥੱਲੇ ਐਂਡਸ ਨੇ, ਜੋ ਲੰਬਾ ਐਂਡ ਆ ਅਸੀਂ ਇਹਨੂੰ ਪਿੱਛੋਂ ਲਿਆਵਾਂਗੇ ਅੱਗੇ ਅਗੇਨ। ਲਓ ਜੀ ਤੁਹਾਡਾ ਐਸਕੋਟ ਹੋ ਗਿਆ ਜੀ ਇੱਕਦਮ ਰੈਡੀ। ਇਹ 'ਚ ਕੀ ਔਖਾ ਸੀਗਾ, ਥੋੜ੍ਹੀ ਬਹੁਤੀ ਐਡਜਸਟਮੈਂਟਸ ਕਰ ਲਓ, ਬਟਨ ਆ ਪਿਆ ਸ਼ਰਟ। ਸੋ ਆਪਣੀ ਸ਼ਰਟ ਨੂੰ ਬਿਲਕੁਲ ਧਿਆਨ ਨਾਲ ਚੂਜ਼ ਕਰਿਓ, ਨੈਕ ਦਾ ਕੋਈ ਵੀ ਏਰੀਆ ਵਿਜ਼ਿਬਲ ਥੱਲੇ ਨਾ ਹੋਵੇ, ਨਾ ਸ਼ਰਟ ਦੇ ਕਲਰ ਟੂ ਵਾਈਡ ਹੋਣ ਕਿ ਗੈਪ ਬਹੁਤ ਆ ਰਿਹਾ, ਨਾ ਬਹੁਤ ਨੈਰੋ ਹੋਣ ਕਿ ਤੁਹਾਡਾ ਐਸਕੋਟ ਦੀ ਸ਼ੇਪ ਨਹੀਂ ਆ ਰਹੀ। ਇਸ ਤਰੀਕੇ ਦੇ ਨਾਲ ਇੱਕ ਪਫੀ ਸ਼ੇਪ ਆਉਣੀ ਚਾਹੀਦੀ ਆ, ਬਹੁਤ ਸੋਹਣੀ ਐਲੀਗੈਂਟ ਲੱਗੇ। ਹੁਣ ਅਸੀਂ ਇਹਦੇ ਨਾਲ ਕੀ ਕਰਦੇ ਹਾਂ, ਨੇਵੀ ਬਲੂ ਪਿੰਨ ਸਟ੍ਰਾਈਪ ਸੂਟ ਡਬਲ ਬ੍ਰੈਸਟਡ ਸਟਾਈਲ ਕਰਦੇ ਹਾਂ। ਦੇਰ ਯੂ ਗੋ, ਆ ਦੇਖੋ ਲੁੱਕ ਕਿੰਨੀ ਸੋਹਣੀ ਆ ਰਹੀ ਆ ਹਰ ਐਂਗਲ ਤੋਂ, ਕਿੰਨਾ ਐਲੀਗੈਂਟ ਐਸਕੋਟ ਆ। ਯੂ ਕੈਨ ਬਾਏ ਦਿਸ ਐਸਕੋਟ, ਲਿੰਕ ਇਜ਼ ਇਨ ਡਿਸਕ੍ਰਿਪਸ਼ਨ, ਡਿਸਕ੍ਰਿਪਸ਼ਨ ਜਾ ਕੇ ਲਿੰਕ ਚੈੱਕ ਕਰੋਗੇ ਤੁਸੀਂ ਉੱਥੋਂ ਇਹਨੂੰ ਸ਼ੋਪ ਕਰ ਸਕਦੇ ਹੋ। ਹੁਣ ਅਸੀਂ ਕਰਾਂਗੇ ਆਪਣੀ ਲੁੱਕ ਵਿੱਚ ਐਡ ਔਨ ਪੋਕਿਟ ਸਕੁਆਇਰ। ਲੁੱਕ ਐਟ ਦੀਜ਼ ਪੋਕਿਟ ਸਕੁਆਇਰ, ਕਿੰਨੇ ਕਲਾਸੀ, 100% ਪਿਓਰ ਸਿਲਕ ਪੋਕਿਟ ਸਕੁਆਇਰ, ਕਲਾਸਿਕ ਡਿਜ਼ਾਈਨਸ ਫੁੱਲ ਡਿਟੇਲਿੰਗ ਦੇ ਨਾਲ ਬਣਾਏ ਗਏ ਨੇ, ਐਂਡ ਮਾਰਕੀਟ ਵਿੱਚ ਜੋ ਸਾਈਜ਼ ਮਿਲਿਆ ਪੋਕਿਟ ਸਕੁਆਇਰ ਦਾ, ਉਸ ਤੋਂ 2 ਗੁਣਾ ਵੱਡੇ ਪੋਕਿਟ ਸਕੁਆਇਰਸ ਨੇ। ਯਾਨੀ ਕਿ ਪੋਕਿਟ ਸਕੁਆਇਰ ਨੂੰ ਆਪਣੀ ਪੋਕਿਟ 'ਚ ਪਾਉਣ ਵੇਲੇ ਅੰਦਰ ਸਲਿਪ ਨਹੀਂ ਹੋਣਗੇ ਜਾਂ ਬਾਹਰ ਨਹੀਂ ਆਉਣਗੇ, ਪਰਫੈਕਟਲੀ ਇੱਕ ਥਾਂ 'ਤੇ ਟਿਕੇ ਰਹਿਣਗੇ। ਸੋ ਤੁਸੀਂ ਦੱਸੋ ਮੈਨੂੰ ਕਿਹੜੇ ਪੋਕਿਟ ਸਕੁਆਇਰ ਨੂੰ ਮੈਂ ਇਸ ਲੁੱਕ ਨਾਲ ਸਟਾਈਲ ਕਰਾਂ, ਦਿਸ ਵਨ ਔਰ ਦਿਸ ਵਨ। ਆਈ ਐਮ ਡੈਮ ਸ਼ੋਰ 90% ਇਹ ਚੂਜ਼ ਕਰਨਗੇ, ਪਰ ਮੇਰੇ ਅਕੋਰਡਿੰਗਲੀ ਇਹਨੂੰ ਚੂਜ਼ ਕਰਨਾ ਗਲਤ ਹੋਊਗਾ। ਕਿਉਂ? ਕਿਉਂਕਿ ਇਹਦੇ ਵਿੱਚ ਬਲੂ ਟੋਨ, ਅਗੇਨ ਬਲੂ ਐਂਡ ਅਗੇਨ ਬਲੂ, 3 ਡਿਫਰੈਂਟ ਤਰੀਕੇ ਦੀਆਂ ਬਲੂ ਟੋਨਸ ਨੂੰ ਇੱਕ ਆਊਟਫਿਟ 'ਚ ਕੈਰੀ ਕਰਨਾ ਇਜ਼ ਬਿਗ ਮਿਸਟੇਕ, ਬਟ ਆਈ ਵਿਲ ਚੂਜ਼ ਦਿਸ ਪੋਕਿਟ ਸਕੁਆਇਰ। ਵਾਈ? ਨੰਬਰ 1 ਰੀਜ਼ਨ, ਯੈਲੋ ਐਂਡ ਯੈਲੋ ਡਿਟੇਲਿੰਗ, ਟਰਬਨ ਇਜ਼ ਆਲਸੋ ਯੈਲੋ, ਸੋ ਲੁੱਕ ਐਟ ਦਿਸ। ਇਹਨੂੰ ਕੈਰੀ ਕਰਨਾ ਤੁਹਾਨੂੰ ਪਤਾ ਬਹੁਤ ਈਜ਼ੀ ਆ, ਆਈ ਹੈਵ ਮੇਡ ਸੋ ਮੈਨੀ ਵੀਡੀਓਜ਼ ਔਨ ਹਾਊ ਟੂ ਫੋਲਡ ਪੋਕਿਟ ਸਕੁਆਇਰ, ਯੂ ਕੈਨ ਗੋ ਚੈੱਕ ਦੋਜ਼ ਵੀਡੀਓਜ਼ ਔਨ ਮਾਈ ਚੈਨਲ ਨਾਓ। ਸੋ ਇਹ ਮੇਰੀ ਲੁੱਕ ਕੰਪਲੀਟ ਹੋ ਚੁੱਕੀ ਆ, ਹਾਊਜ਼ ਇਟ? ਸੋ ਇਹ ਸੀ ਆਪਣੀ ਵੀਡੀਓ ਕੰਪਲੀਟਲੀ ਔਨ ਐਸਕੋਟ, ਕਿਵੇਂ ਅਸੀਂ ਬਣੇ ਹਾਂ, ਬਹੁਤ ਈਜ਼ੀ ਸੀਗਾ, ਡਿਫੀਕਲਟ ਕੁਛ ਨਹੀਂ ਸੀਗਾ। ਯੂ ਕੈਨ ਬਾਏ ਦੀਜ਼ ਐਕਸੈਸਰੀਜ਼ ਫਰੋਮ ਵਰਸੈਂਡਸਟਾਈਲਸ.com, ਐਂਡ ਆਈਲ ਸੀ ਯੂ ਇਨ ਦ ਨੈਕਸਟ ਵੀਡੀਓ।